राजवाल साहब किसानों के नाम से ऑनलाइन कई लुटेरे भी निकले आए हैं, किसानों के नाम से फंड कट्ठे किए जा रहे हैं, डॉलरों के डॉलर जिहड़े हजारां डॉलर कट्ठे किए जा रहे हैं, किसानों नूं किसी चीज़ की लोड़ है? तुसीं की पूरे देश विदेश वसदा भाईचारा उह मदद करना चाहुंदा है, की कहना चाहुंदे हो? मैं बेटा बाहर जिन्ने टेलीफोन कॉल्स आउंदे ने अज दा नहीं पहले दिन तो कह रहे हैं भी सानू फंड्स की लोड़ नहीं, ये बंद करो पैसों का काम, पैसे बिगाड़ पाते होंगे ने, जिदे सानू लोड़ हो सी आप कह के मंग लांगे, पर सानू जिन्ने पैसे की लोड़ है इत्थे ही लोग दे जा रहे हैं। उन्होंने कहा भी तुसी इत्थे साडी हमायत ते खड़े हो, यही बहुत वड्डी गल है, पैसे ना भेजो। मतलब किसानों ने कोई भी ऑनलाइन डोनेशन फंड नहीं इकट्ठा किया? ना 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 ना, जिहड़े विदेशों च वसदे पंजाबी ने आ नहीं सकदे, चाहुंदे ने असीं मदद करिए, की ओह पिंडां वालिआं नाल संपर्क करना? बड़ी बड़ी नहीं, ना ना ना, बड़ी बड़ियां कालां आउंदियां, हर एक नूं मेरा इक्को जवाब हुंदा वी पैसे ना दिओ, सानूं लोड़ नहीं, ਤੁਸੀਂ ਰੱਖ ਲਓ ਪੈਸੇ, ਕਿਸੇ ਗਰੀਬ ਦੀ ਮਦਦ ਕਰਦੇ ਸਾਨੂੰ ਨਾ ਪੈਸੇ ਦਿਓ। ਵਰਲਡ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਇਸ ਇਤਿਹਾਸਿਕ ਸੰਘਰਸ਼ ਦੀ ਚਰਚਾ ਹੋ ਰਹੀ ਹੈ, ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਫਿਰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ, ਇਸ ਸੰਘਰਸ਼ ਨੂੰ ਤੁਸੀਂ ਇਹਦੇ ਲਈ ਕੀ ਸ਼ਬਦ ਬੋਲੋਗੇ? ਪੰਜਾਬ ਜੀ ਦੀ ਅਗਵਾਈ ਕਰ ਰਿਹਾ ਹੈ ਇਹਦੇ ਲਈ, ਇਹਦੇ ਤੇ ਕਿਤਾਬਾਂ ਲਿਖੀਆਂ ਜਾਣਗੀਆਂ, ਕਹਿੰਦੇ ਇਹਦੇ ਤੇ ਚਰਚਾ ਹੋਏਗੀ ਪਤਾ ਨਹੀਂ ਕਿੰਨੇ ਸਾਲਾਂ ਤੱਕ, ਤੁਸੀਂ ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਹੋ, ਕੀ ਮਹਿਸੂਸ ਕਰ? ਦੇਖੋ ਬੇਟੇ, ਗੱਲ ਇਹ ਹੈ ਪੰਜਾਬ ਦੇ ਲੋਕ ਲੜ ਰਹੇ, ਪੰਜਾਬੀ ਲੜ ਰਹੇ ਹੈ, ਦੇਸ਼ ਦਾ ਕਿਸਾਨ ਲੜ ਰਿਹਾ, ਇਹਦੇ 'ਚ ਕੋਈ ਸਾਡਾ ਨਹੀਂ ਹੈ ਜੇ ਅਸੀਂ ਕਹੀਏ ਵੀ ਅਸੀਂ ਲੜ ਰਹੇ ਹਾਂ। ਚਲੋ ਸਾਡੇ ਤਾਂ ਵਾਹਿਗੁਰੂ ਨੇ ਡਿਊਟੀ ਲਾਈ ਸੀ, ਮੂਹਰੇ ਲਾ ਕੇ ਤੁਰਨ ਦੀ, ਅਸੀਂ ਤੁਰਿਆ, ਅੱਜ ਸਾਨੂੰ ਪੂਰੇ ਦੇਸ਼ ਤੋਂ ਵਰਲਡ ਤੋਂ ਇਹਦੀ ਹਮਾਇਤ ਮਿਲ ਰਹੀ ਨੇ। ਕੀ ਅਸੀਂ ਸੋਚਦੇ ਸੀ ਕਦੇ ਸਾਨੂੰ ਵੀ ਅਮੈਰੀਕਾ ਤੋਂ ਵੀ ਸਾਨੂੰ ਹਮਾਇਤ ਮਿਲੂਗੀ ਜਾਂ ਸਾਨੂੰ ਜਰਮਨ ਤੋਂ ਵੀ ਹਮਾਇਤ ਮਿਲੂ ਇਹਦੀ? ਔਰ ਵੱਡੀ ਪੱਧਰ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਨੂੰ ਹਮਾਇਤ ਮਿਲ ਰਹੀ ਹੈ, ਲੋਕਾਂ ਨੇ ਸਾਡੇ ਉੱਥੇ ਜਿਹੜੇ ਬੈਠੇ ਨੇ ਜੀ, ਕੀ ਆਪਾਂ ਕਹਿ ਸਕਦੇ ਹਾਂ, ਨੁਮਾਇੰਦੇ ਬੈਠੇ ਨੇ ਮੰਨ ਲਓ, ਉਹਨਾਂ ਦੇ ਜਾ ਕੇ ਧਰਨੇ ਮੁਜ਼ਾਹਰੇ ਦੇਖ ਕਰਕੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੇ। ਤਾਂ ਜੇ ਆਪਾਂ ਇਹਨੂੰ ਇਹ ਕਹੀਏ ਕਿ ਉਹਨਾਂ ਲੋਕਾਂ ਦਾ ਅਸੀਂ ਸਾਡੇ ਕੋਲ ਕੋਈ ਸ਼ਬਦ ਨਹੀਂ ਵੀ ਕਿਵੇਂ ਦੇਖ ਕੇ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰੀਏ ਜਾਂ ਉਹਨਾਂ ਦਾ ਧੰਨਵਾਦ ਕਰੀਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਸਾਡਾ ਸਹਿਯੋਗ ਕਰ ਰਹੇ ਨੇ। ਪੰਜਾਬੀ ਬੜਾ ਇਨਸਾਨੀਅਤ ਜਾਗਦੀ ਹੈ, ਮੈਂ ਕਹੂੰਗਾ ਕਿ ਉਹ ਜਾਗਦੀ ਜ਼ਮੀਰ ਵਾਲੇ ਜਾਗਦੀ ਇਨਸਾਨੀਅਤ ਵਾਲੇ ਲੋਕ ਹੈ ਜਿਹੜੇ ਉੱਥੇ ਬੈਠੇ ਸਾਡਾ ਸਹਿਯੋਗ ਦੇ ਰਹੇ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਆਪਣੇ ਭਰਾ ਨੇ ਪੰਜਾਬੀ ਹੋਣ ਜਾਂ ਫਿਰ ਕਿਤੋਂ ਦੇ ਵੀ ਰਹਿਣ ਵਾਲੇ, ਉਹ ਇੰਨੇ ਤਤਪਰ ਨੇ ਮਦਦ ਕਰਨ ਦੇ ਲਈ ਕਿ ਅਸੀਂ ਮਦਦ ਕਰਨੀ ਹੈ ਸੰਘਰਸ਼ ਦੀ, ਕਿਸਾਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਆਨਲਾਈਨ ਜਿਹੜੇ ਪੈਸੇ ਵੀ ਇਕੱਠੇ ਕੀਤੇ ਜਾ ਰਹੇ ਨੇ, ਇਦਾਂ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ, ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਸ਼ ਭਰ ਦੇ? ਅਸੀਂ ਇਹ ਕਹਾਂਗੇ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਹੈ, ਸਾਨੂੰ ਉਹਨਾਂ ਦੇ ਪਿਆਰ ਦੀ ਲੋੜ ਹੈ ਜਿਹੜੇ ਢੰਗ ਨਾਲ ਸਾਡੇ ਨਾਲ ਉਹ ਖੜੇ ਨੇ। ਇੱਥੇ ਅਸੀਂ ਕਰ ਰਹੇ ਕੀ ਆ, ਪੈਸੇ ਰੋਟੀ ਸਾਨੂੰ ਸੰਗਤ ਖਵਾਈ ਜਾਂਦੀ ਹੈ, ਇੱਧਰੋਂ ਲਿਆਤੀ ਕਿਸੇ ਨੇ, ਇੱਧਰੋਂ ਲਿਆਤੀ ਕਿਸੇ ਨੇ, ਬਾਕੀ ਲੋਕ ਆਪਦੀ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਨੇ, ਔਰ ਲੜਾਈ ਜਾਰੀ ਹੈ। ਧੰਨਵਾਦ ਹੀ ਹਾਂ ਅਸੀਂ ਉਹਨਾਂ ਦਾ ਜਿਹੜੇ ਤਰੀਕੇ ਨਾਲ ਉਹ ਸਾਡਾ ਸਹਿਯੋਗ ਦੇ ਰਹੇ ਨੇ, ਬਹੁਤ ਵਧੀਆ ਸਹਿਯੋਗ ਦੇ ਰਹੇ ਨੇ, ਕੋਈ ਐਡਾ ਔਖੇ ਹੋਣ ਦੀ ਲੋੜ ਨਹੀਂ ਸਾਡੀ ਖਾਤਰ ਪੈਸੇ ਇਕੱਠੇ ਕਰਨ ਦੀ।